हाँ जी मासी जी, असीं जरूर आवांगे। कोई लोड़ नहीं घर स्पैशल आके कहन दी, तुसीं कहता ना यही बहुत आ। तुसीं खिचो तैयारियां, असीं आए। ਸ਼ੈਲੀ ਤੂੰ ਐਂ ਕਿਉਂ ਕਿਹਾ ਵੀ ਘਰੇ ਆਉਣ ਦੀ ਲੋੜ ਨਹੀਂ? ਮੈਂ ਤਾਂ ਉਹਨੂੰ ਐਂ ਕਿਹਾ ਸੀ ਤੂੰ ਘਰੇ ਆ ਕੇ ਕਾਰਡ ਦੇ ਕੇ ਜਾ। ਹੱਦ ਆ ਮੰਮੀ, ਆਪਾਂ ਕਿਹੜਾ ਬਗਾਨੇ ਆ ਜਿਹੜਾ ਉਹ ਆਪਾਂ ਨੂੰ ਸਪੈਸ਼ਲ ਕਾਰਡ ਦੇਣ ਆਉਣ। ਮਾਸੀ ਨੇ ਨਾ ਫੋਨ ਕਰਤਾ, ਇਹੀ ਬਹੁਤ ਆ। ਨਾਲ ਵਿਆਹ ਵਾਲੇ ਘਰ ਵਿੱਚ ਕਿੰਨੇ ਕੰਮ ਹੁੰਦੇ ਨੇ। ਹਾਂ ਇਹ ਤਾਂ ਹੈ, ਚਲੋ ਫਿਰ ਖਿੱਚੋ ਤਿਆਰੀ। ਪਰ ਤੈਂ ਐਂ ਸੋਚਿਆ ਪੁੱਤ ਵੀ ਆਪਾਂ ਨੇ ਮਨਪ੍ਰੀਤ ਨੂੰ ਕੀ ਦੇਣਾ? ਮੰਮੀ ਤੁਸੀਂ ਜਿਵੇਂ ਕਹੋਗੇ ਨਾ ਆਪਾਂ ਉਵੇਂ ਕਰ ਲਾਂਗੇ। ਚੱਲ ਠੀਕ ਆ ਫਿਰ, ਰਾਜ ਨੂੰ ਆ ਜਾਣ ਦੇ, ਆਪਾਂ ਨਾ ਮਿਲ ਕੇ ਕਰਦੇ ਸਲਾਹ। ਉਹ ਕੀ ਹੋ ਗਿਆ, ਕਿਹੜੀਆਂ ਸਲਾਹਾਂ ਕਰਨੀਆਂ ਨੇ? ਲੈ ਪੁੱਤ ਦੱਸ, ਤੈਨੂੰ ਹੁਣੇ ਯਾਦ ਕਰਕੇ ਹਟੇ ਆ। ਗੱਲ ਤਾਂ ਦੱਸੋ, ਗੱਲ ਕੀ ਹੈ? ਆਪਣੀ ਨਾ ਮਨਪ੍ਰੀਤ ਦਾ ਵਿਆਹ ਆ ਗਿਆ। ਓਏ ਆਪਾਂ ਪਿਛਲੇ ਹਫ਼ਤੇ ਤਾਂ ਜਾ ਕੇ ਆਏ, ਉਦੋਂ ਤਾਂ ਮਾਸੀ ਨੇ ਕੋਈ ਗੱਲ ਨਹੀਂ ਕਰੀ। ਉਹ ਤਾਂ ਉਹਦੇ ਤਾਂ ਨਾ ਸੰਯੋਗ ਹੀ ਬਹੁਤੇ ਗਾਲੇ ਸੀ, ਦੋ ਤਿੰਨ ਦਿਨਾਂ 'ਚ ਹੀ ਗੱਲ ਬਣ ਗਈ। ਹੋਰ ਕੀ, ਆਹ ਐਤਵਾਰ ਦਾ ਤਾਂ ਵਿਆਹ। ਲੈ ਉਹ ਐਤਵਾਰ 'ਚ ਤਾਂ 4 ਦਿਨ ਰਹਿ ਗਏ, ਫਿਰ ਮਾਸੀ ਕਾਰਡ ਕੂਡ ਕਦੋਂ ਦੇ ਕੇ ਜਾਊ? ਮਾਸੀ ਤਾਂ ਕਹਿੰਦੇ ਸੀ ਆਉਣ ਨੂੰ, ਪਰ ਮੈਂ ਹੀ ਮਨਾ ਕਰਤਾ ਵੀ ਤੁਸੀਂ ਰਹਿਣ ਦਿਓ। ਇੱਕ ਤਾਂ ਦਿਨ ਥੋੜ੍ਹੇ ਨੇ, ਉੱਤੇ ਦੀ ਵਿਆਹ ਵਾਲੇ ਘਰ ਵਿੱਚ ਪਤਾ ਤੁਹਾਨੂੰ ਕਿੰਨੇ ਕੰਮ ਹੁੰਦੇ ਨੇ। ਪਹਿਲੀ ਵਾਰੀ ਸਮਝਦਾਰੀ ਦੀ ਗੱਲ ਕੀਤੀ ਹੈ ਤੈਂ। ਕੀ ਮਤਲਬ ਤੁਹਾਡਾ? ਹੱਦ ਆ ਰਾਜ, ਮੇਰੀ ਨੂੰਹ ਤਾਂ ਇੰਨੀ ਸਿਆਣੀ ਹੈ, ਤੂੰ ਹੀ ਉਹਨੂੰ ਟੋਕੀ ਜਾਂਦਾ। ਕਮਾਲ ਹੈ ਤੁਹਾਡੀ, ਇੱਕ ਦੂਜੀ ਨੂੰ ਤੁਸੀਂ ਕੁਛ ਵੀ ਨਹੀਂ ਕਹਾਉਂਦੀ ਆ। ਲੈ ਮੰਮੀ ਦੇਵ ਦਾ ਫੋਨ ਆ, ਮੈਂ ਇੱਕ ਮਿੰਟ ਸੁਣ ਕੇ ਆਇਆ ਹੈ। ਹੋਰ ਫਿਰ ਦੇਵ, ਕੀ ਹਾਲ ਨੇ? ਭੈਣ ਦਾ ਵਿਆਹ ਆ ਗਿਆ ਫਿਰ ਹੈ? ਹਾਂ ਵੀਰ, ਭੈਣ ਦਾ ਵਿਆਹ ਹੈ ਨਾ ਐਤਵਾਰ ਦਾ, ਮੈਨੂੰ ਤੇਰੇ ਥਾਂ ਇੱਕ ਜ਼ਰੂਰੀ ਕੰਮ ਸੀ। ਹਾਂ ਹਾਂ ਬੋਲ। ਇਹਨੇ ਪਹਿਲਾਂ ਅਸੀਂ ਸੋਚਿਆ ਸੀ ਵੀ ਵਿਆਹ ਘਰ ਹੀ ਕਰ ਲਾਂਗੇ, ਪਰ ਮੁੰਡੇ ਵਾਲੇ ਕਹਿੰਦੇ ਵਿਆਹ ਪੈਲਸ 'ਚ ਕਰਨਾ। ਉਹ ਫੇਰ ਕੀ ਹੋ ਗਿਆ, ਪੈਲਸ 'ਚ ਕਰ ਦਿਓ। ਤੁਸੀਂ ਮੇਰੀ ਗੱਲ ਨਹੀਂ ਸਮਝੇ ਦੇਵ, ਤੂੰ ਵੀਰੇ ਸਾਫ਼ ਸਾਫ਼ ਦੱਸ ਕਹਿਣਾ ਕੀ ਚਾਹੁੰਦਾ। ਵੀਰੇ ਪੈਲਸ ਦਾ ਖਰਚਾ ਬਹੁਤ ਜ਼ਿਆਦਾ ਹੈ, ਤੈਨੂੰ ਪਤਾ ਹੀ ਹੈ ਅੱਜ ਕੱਲ੍ਹ ਦੇ ਕੰਮਾਂ ਕਾਰਾਂ ਦਾ। ਵੀਰੇ ਕਿੰਨਾ ਕੁ ਖਰਚਾ? ਵੀਰੇ 10 ਲੱਖ। 10 ਲੱਖ? ਹਾਂ ਵੀਰੇ, 5 ਲੱਖ ਦਾ ਇੰਤਜ਼ਾਮ ਤਾਂ ਮੈਂ ਕਰ ਲਿਆ, ਪਰ ਪਲੀਜ਼ 5 ਲੱਖ ਦਾ ਤੁਸੀਂ ਇੰਤਜ਼ਾਮ ਕਰਕੇ ਦੇ ਦਿਓ। ਵੀਰੇ 5 ਲੱਖ ਦੀ ਰਕਮ ਕੁਛ ਜ਼ਿਆਦਾ ਨਹੀਂ? ਰਾਜ ਵੀਰੇ ਦੇਖ, ਜੇ ਤਾਂ ਤੂੰ ਇੰਤਜ਼ਾਮ ਕਰ ਸਕਦਾ ਤਾਂ ਵੀ ਦੱਸ ਦੇ, ਜੇ ਨਹੀਂ ਕਰ ਸਕਦਾ ਤਾਂ ਵੀ ਦੱਸ ਦੇ। ਠੀਕ ਹੈ ਵੀਰੇ, ਮੈਂ ਤੈਨੂੰ ਥੋੜ੍ਹੀ ਦੇਰ 'ਚ ਦੱਸਦਾ। ਪੁੱਤ ਕੀ ਕਹਿੰਦਾ ਦੇਵ? ਮੰਮੀ ਦੇਵ ਕਹਿੰਦਾ ਮੁੰਡਿਆਂ ਦੀ ਡਿਮਾਂਡ ਹੈ ਵੀ ਵਿਆਹ ਕਹਿੰਦੇ ਪੈਲਸ 'ਚ ਕਰਨਾ। ਚੱਲ ਵਧੀਆ, ਨਾਲੇ ਅੱਜ ਕੱਲ੍ਹ ਤਾਂ ਸਾਰੇ ਵਿਆਹ ਪੈਲਸਾਂ 'ਚ ਹੀ ਕਰਦੇ ਨੇ। ਤੈਨੂੰ ਪਤਾ ਵੀ ਹੈ ਪੈਲਸਾਂ ਦੇ ਕਿੰਨੇ ਖਰਚੇ ਨੇ? ਕਿੰਨੇ? ਮੰਮੀ 10 ਲੱਖ। 5 ਲੱਖ ਦਾ ਦੇਵ ਨੇ ਇੰਤਜ਼ਾਮ ਕਰ ਲਿਆ ਅਤੇ 5 ਲੱਖ ਦਾ ਇੰਤਜ਼ਾਮ ਮੈਨੂੰ ਕਰਨ ਨੂੰ ਕਿਹਾ ਉਹਨੇ। ਹੈਂ 10 ਲੱਖ? ਫਿਰ ਹੁਣ ਤਾਂ ਦੇਵ ਨੂੰ ਕੀ ਕਿਹਾ? ਮੈਂ ਕੀ ਕਹਿਣਾ ਮੰਮੀ, ਮੈਂ ਉਹਨੂੰ ਕਹਿਦਾ ਸੋਚ ਕੇ ਦੱਸਦਾ। ਪਰ ਆਪਾਂ ਇੰਨੇ ਪੈਸਿਆਂ ਦਾ ਇੰਤਜ਼ਾਮ ਕਿੱਥੋਂ ਕਰਾਂਗੇ? ਪੁੱਤ ਫਿਰ ਹੁਣ ਕੀ ਕਰੀਏ? ਮੰਮੀ ਮੈਂ ਤਾਂ ਹੁਣ ਕਿਸੇ ਤੋਂ ਉਧਾਰ ਵੀ ਨਹੀਂ ਫੜ ਸਕਦਾ, ਪਹਿਲਾਂ ਹੀ ਆਪਣੇ ਸਿਰ 'ਤੇ ਉਧਾਰ ਦਾ ਬਹੁਤ ਕਰਜ਼ਾ ਹੋਇਆ ਪਿਆ, ਹੁਣ ਮੰਗੀਏ ਤਾਂ ਮੰਗੀਏ ਕੀ ਤੋਂ? ਪੁੱਤ ਦੇਵ ਨੇ ਵੀ ਤੈਨੂੰ ਤਾਂ ਹੀ ਕਿਹਾ ਹੋਊ, ਆਪਾਂ ਨਾ ਤੇਰੇ ਵਿਆਹ ਵੇਲੇ ਉਹ ਤੋਂ ਪੈਸੇ ਉਧਾਰ ਫੜੇ ਸੀ, ਹੁਣ ਉਹਨੇ ਮੰਗੇ ਆ ਤਾਂ ਆਪਾਂ ਨੂੰ ਦੇਣੇ ਪੈਣੇ ਆ। ਮੰਮੀ ਗਈਏ ਤਾਂ ਆਪਾਂ ਜੇ ਹੋਣ ਆਪਣੇ ਕੋਲ। ਉਹੀ ਤਾਂ ਗੱਲ ਹੈ। ਸ਼ੈਲੀ ਪਾਣੀ ਦਾ ਗਲਾਸ ਲਿਆ ਕੇ ਦੇਈ, ਮੇਰੀ ਤਾਂ ਟੈਨਸ਼ਨ ਵੱਧ ਗਈ। ਹਾਂਜੀ ਮੰਮੀ, ਹੁਣੀ ਲੈ ਕੇ ਆਈ। ਵੇ ਪੁੱਤ ਇੱਕ ਗੱਲ ਕਹਾਂ? ਹਾਂ ਮੰਮੀ ਬੋਲ। ਪੈਸਿਆਂ ਦਾ ਤਾਂ ਹੋ ਜੂ ਇੰਤਜ਼ਾਮ। ਕਿਵੇਂ ਮੰਮੀ, ਤੁਹਾਡੇ ਦਿਮਾਗ 'ਚ ਕੀ ਆਇਆ? ਪੁੱਤ ਤੇਰੇ ਕੋਲ ਤਾਂ ਐਡੀ ਵੱਡੀ ਲਾਟਰੀ ਆ। ਮੰਮੀ ਬਾਜ਼ਾਰ ਤਾਂ ਹੀ ਆ ਨਾ ਪਾ, ਤੂੰ ਮੈਨੂੰ ਸਿੱਧੀ ਸਿੱਧੀ ਗੱਲ ਦੱਸ, ਕਿਹੜੀ ਲਾਟਰੀ ਹੈ ਮੇਰੇ ਕੋਲ? ਫੇਰ ਸੁਣ ਸ਼ੈਲੀ। ਸ਼ੈਲੀ ਉਹ ਕਿਵੇਂ? ਮੈਂ ਦੱਸਦੀ ਹਾਂ ਪੁੱਤ ਤੈਨੂੰ, ਸ਼ੈਲੀ ਕਿਹੜਾ ਮਾੜੇ ਧੀੜੇ ਘਰੋਂ ਆ, ਇਹਦੇ ਭਰਾਵਾਂ ਦੀਆਂ ਐਡੇ ਐਡੀਆਂ ਫੈਕਟਰੀਆਂ ਚੱਲਦੀਆਂ ਨੇ, ਜੇ ਉਹ ਤੈਨੂੰ 5 ਲੱਖ ਦੇ ਦੇਣਗੇ ਤਾਂ ਉਹਨਾਂ ਨੂੰ ਕਿਹੜਾ ਕੋਈ ਫਰਕ ਪੈਣ ਲੱਗਿਆ? ਨਹੀਂ ਮੰਮੀ ਨਹੀਂ ਨਹੀਂ, ਅਗਲੇ ਕੀ ਕਹਿਣਗੇ, ਨਾਲੇ ਮੈਂ ਉਹਨਾਂ ਤੋਂ ਕਿਵੇਂ ਮੰਗ ਸਕਦਾ? ਲੈ ਐਂ ਤੈਨੂੰ ਕਿਵੇਂ ਕੋਈ ਕੁਛ ਕਹਿ ਦੂਗਾ, ਜਦੋਂ ਨਾ ਤੇਰੇ ਡੈਡੀ ਨੂੰ ਪੈਸਿਆਂ ਦੀ ਲੋੜ ਪੈਂਦੀ ਸੀ ਉਹ ਮੇਰੇ ਪੇਕਿਆਂ ਤੋਂ ਉਹਦੀ ਮੰਗ ਲੈਂਦਾ ਸੀ। ਫਿਰ ਮੰਮੀ ਮਾਮੇ ਹੁਣੀ ਦੇ ਦਿੰਦੇ ਸੀ? ਲੈ ਹੱਦ ਆ, ਉਹ ਤਾਂ ਬੜੇ ਪਿਆਰ ਨਾਲ ਦਿੰਦੇ ਸੀ, ਇੱਕ ਅੱਧੀ ਵਾਰੀ ਚਾਂਸ ਹੋਇਆ ਉਹ ਜਿਹੜਾ ਜਵਾਬ ਦਿੱਤਾ ਉਹ। ਫਿਰ ਮੰਮੀ? ਫਿਰ ਕੀ, ਤੇਰਾ ਪਿਓ ਮੈਨੂੰ ਤੰਗ ਕਰਨ ਲੱਗ ਜਾਂਦਾ ਸੀ। ਮੈਨੂੰ ਐਂ ਦੱਸ, ਕਿਹੜਾ ਭਰਾ ਜਿਹੜਾ ਆਪਦੀ ਭੈਣ ਨੂੰ ਤੰਗ ਹੁੰਦਾ ਦੇਖ ਲੂਗਾ, ਉਹ ਤਾਂ ਡਰਦੇ ਮਾਰੇ ਚੁੱਪ ਕਰਕੇ ਤੇਰੇ ਪਿਓ ਨੂੰ ਪੈਸੇ ਫੜਾ ਜਾਂਦੇ ਸੀ। ਲੈ ਮੰਮੀ ਇਹ ਗੱਲਾਂ ਤਾਂ ਤੈਂ ਮੈਨੂੰ ਕਦੇ ਦੱਸੀਆਂ ਹੀ ਨਹੀਂ।
तू आ गल्लां नूं छड्ड, मैनूं ऐ दस आइडिया किवें लग्गिया। आइडिया तां ठीक है, पर मैं शैली नूं किवें कहूंगा कि वह आपके भरावां तों पैसे लैके आवे। तू ना ये सब कुछ मेरे ते छड्ड दे, तैनूं मैं जिवें जिवें कहूं उवें उवें करीए। ठीक है मम्मी, जिवें तू कहें। नाले जे हुण पुत आपां ने ना तेरी मासी उहनां दी मदद ना कीती ना, उन्होंने तो अपने ना बरतन ही हट जाना। ये तो गल सही है मम्मी, पर हम तुसी सोचिया की है? पुत मैं जो सोच लिया ना वो तो तू भी नहीं सोच सकता। पुत देव ने भी ना तैनू ता ही कहा, तेरे ब्याह वेले अपने वो तो पैसे मंगे सी ना, हुण उन्हूं लोड़ आ तो आपां ने देने ही ने उन्हूं। मम्मी पैसे तो ता दईए जे होण अपने कोल। अच्छा मैं बोलूं मम्मी।